ਆ ਇਹਨਾਂ ਦਾ ਆ ਗਿਆ ਰੋਟਾਵੇਟਰ, ਆਹ ਦੇਖ ਲਓ ਬਾਈ ਹਾਲ ਮਾੜਾ, ਟਰੈਕਟਰ ਤਾਂ ਉਹੀ ਇਹਨੂੰ ਖਿੱਚਦਾ ਜ਼ਿਆਦਾ। ਇਹਨਾਂ ਦਾ ਕੰਮ ਲੇਜ਼ਰ ਲੈਵਲਰ ਦਾ ਹੀ ਹੈ, ਕੰਪਨੀ ਦਾ ਟੋਪ ਕਲਾਸ ਲੇਜ਼ਰ ਲੈਵਲਰਾਂ 'ਚ ਆਉਂਦੀ ਹੈ। ਸਰ ਜਿਹੜਾ ਪ੍ਰਾਈਜ਼ ਇਹਦਾ ਹੈਗਾ 1,55,000 ਰੁਪਇਆ, ਠੀਕ ਹੈ, ਡਿਸਕਾਊਂਟ ਇਹਦੇ 5,000 ਰੁਪਇਆ ਆ, ਮੰਨ ਲਾ 1,50,000 ਤਾਂ ਰਹਿ ਗਿਆ ਜੀ। ਜਿਹੜਾ ਇਹ ਤੋਂ ਬਾਅਦ ਇੱਕ 7 ਟਾਈਨ ਵਾਲਾ ਵੀ ਆਉਂਦਾ, 6 ਟਾਈਨ ਵਾਲਾ ਵੀ ਆਉਂਦਾ ਹੈ, ਠੀਕ ਹੈ ਜੀ। ਤੇ ਜਿਹੜਾ ਟਰੈਕਟਰ ਦੇ ਹਿਸਾਬ ਨਾਲ ਇਹਨੂੰ ਮਤਲਬ ਵੱਡਾ ਟਰੈਕਟਰ ਚਾਹੀਦਾ, ਕਿੰਨੇ ਐਚ ਪੀ? 65 ਦੇ ਉੱਤੇ ਚਾਹੀਦਾ ਜੀ ਇਹਨੂੰ, 65 HP ਦੇ ਉੱਤੇ ਚਲਾਊ ਇਹਨੂੰ, 285 ਦਾ, ਉਹਦੇ ਵਿੱਚੋਂ ਸਬਸਿਡੀ ਆ ਜਾਣੀ ਆ ਜੀ, 92,000 ਰੁਪਏ, ਮਤਲਬ 2,00,000 ਤੋਂ ਵੀ ਥੱਲੇ ਰਹਿ ਗਿਆ। ਕਹਿਣਾ ਡਰੋਨ, ਇਹ ਵੀ ਸਪਰੇਅ ਵਾਲਾ ਡਰੋਨ ਆ, ਇਹ ਫੁੱਲ ਭਰ ਕੇ ਕਿੰਨਾ ਕਰਦਾ ਇੱਕ ਵਾਰ 'ਚ? 10 ਲੀਟਰ ਕਰਦਾ। ਆਹ ਕਿਹੜਾ ਆ ਗਿਆ ਬਲੈਕ ਸਟੇਲਨ, ਇਹਨਾਂ ਦੇ ਲੇਜ਼ਰ ਲੈਵਲ ਰਹੇ ਨੇ ਸਾਰੇ। ਇਹ ਰੋਟਾਵੇਟਰ ਆ ਗਿਆ ਇਹਨਾਂ ਦਾ, ਜ਼ਿਆਦਾ ਇਹਨਾਂ ਦਾ ਕੰਮ ਲੇਜ਼ਰ ਲੈਵਲਰ ਦਾ ਹੀ ਹੈ, ਕੰਪਨੀ ਦਾ ਟੋਪ ਕਲਾਸ ਲੇਜ਼ਰ ਲੈਵਲਰਾਂ 'ਚ ਆਉਂਦੀ ਹੈ। ਅਤੇ ਇਹਨਾਂ ਦੇ ਪ੍ਰਾਈਜ਼ ਪ੍ਰੂਈਜ਼ ਕੁਛ ਨਹੀਂ ਲਾਏ ਵੇ, ਇੱਦਾਂ ਹੀ ਹੈ, ਬੁਕਿੰਗ ਕਰਦੇ ਨੇ, ਪ੍ਰਾਈਜ਼ ਕੁਛ ਨਹੀਂ ਇਹਨਾਂ ਦੇ। ਅਤੇ ਅੱਗੇ ਚੱਲਦੇ ਹਾਂ, ਇਹ ਹੁਣ ਆਪਾਂ ਪਹੁੰਚ ਗਏ TND ਇਲੈਕਟ੍ਰੋਸ਼ਨ ਸਿਸਟਮ। ਇਹ ਆ ਗਿਆ ਇਹਨਾਂ ਡਰੋਨ, ਇਹ ਵੀ ਸਪਰੇਅ ਵਾਲਾ ਡਰੋਨ ਆ, ਇਹ ਫੁੱਲ ਭਰ ਕੇ ਕਿੰਨਾ ਕਰਦਾ ਇੱਕ ਵਾਰ 'ਚ? 10 ਲੀਟਰ ਡੇਢ ਏਕੜ ਇੱਕ ਵਾਰ 'ਚ ਕਰ ਦਿੰਦਾ ਜੀ, ਪੂਰਾ ਐਂਡ ਸਿਰਾ ਰਿਜ਼ਲਟ ਹੈ ਜੀ। ਓਕੇ ਜੀ, ਮਤਲਬ ਦਵਾਈ ਪਾ ਕੇ ਮਤਲਬ ਪਾਣੀ ਵਿੱਚ ਘੱਟ ਪੈਂਦਾ ਹੋਊਗਾ, ਡੋਜ਼ ਓਨੀ ਪੈ ਜਾਂਦੀ ਆ। ਪ੍ਰੀਸੀਜ਼ਨ ਫਾਰਮਿੰਗ ਦੇ ਅੰਡਰ ਸਰ ਅਸੀਂ ਜੋ ਪਾਣੀ ਆ, ਉਹ ਪਾਣੀ ਦਾ ਅਸੀਂ ਜਿਹੜਾ ਲੋਸ ਆ ਉਹ ਘਟਾਇਆ। ਓਕੇ, ਸਾਡੀ ਵਾਟਰ ਸੇਵਿੰਗ ਇਕਵਿਪਮੈਂਟਸ ਨੇ ਸਾਰੀ ਇੱਥੇ ਸਾਨੂੰ ਪ੍ਰਾਈਜ਼ ਦਿੱਤਾ ਨਹੀਂ ਹੋ। ਵੀ ਫਾਲਤੂ ਪਾਣੀ ਦੀ ਵਰਤੋਂ ਨਾ ਕਰੋ, ਜਿੰਨੀ ਲੋੜ ਆ ਉਨੀ ਵਰਤੋਂ ਕਰੋ। 200 ਲੀਟਰ ਪਾਣੀ ਧੁੰਦੇ ਫਿਰਦੇ ਆ ਟਰੈਕਟਰਾਂ ਨਾਲ, ਸਹੀ ਗੱਲ ਹੈ ਜੀ। ਉਹ ਸੇਵਿੰਗ ਕੀਤੀ ਹੈ, ਤੇ ਉਹ ਵੀ ਵੀਰੇ ਇਹਦੇ ਵਿੱਚ ਜਿਵੇਂ ਹੁਣ ਵਿੱਚ ਵੜ ਕੇ ਸਪਰੇਅ ਕਰਦੇ ਆ, ਫਸਲ ਦਾ ਨੁਕਸਾਨ ਵੀ ਆ, ਉਹ ਚੀਜ਼ ਦਾ ਵੀ ਇਹਦੀ ਬਹੁਤ ਫਰਕ ਆ। ਉਹਦਾ ਵੀ ਅਸਰ, ਜਿਹੜਾ ਥ੍ਰਸਟ ਹੈ ਹਵਾ ਦਾ ਥੱਲੇ ਆ, ਜੋ ਡ੍ਰੌਪਲੈਟ ਤੋਂ ਰੂਟ ਤੱਕ ਪੈਨੀਟ੍ਰੇਸ਼ਨ ਜਾਂਦੀ ਹੈ। ਸਹੀ ਹੈ। ਆ ਲੇਜ਼ਰ ਲੈਵਲ ਆ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ। ਆਹ ਚੱਕੋ ਬਾਈ ਇਹਨਾਂ ਦਾ ਜਗਾੜਮੈਂਟ, ਇੱਕ ਹੋਰ ਦਿਖਾਉਂਦੇ ਹਾਂ। ਆਹ ਵੇਖੋ ਸਪਰੇ, ਨਿਊਜ਼ਲਾਂ 2, 4, 6, 8, 10, 12, 24 ਨਿਊਜ਼ਲਾਂ ਦਾ ਹਾਏ। ਆਟੋਆਂ ਟਾਇਰਾਂ 'ਤੇ ਵੀ ਸਪਿਨਰ ਲਾਤੇ ਇਹਦੇ। ਅੱਗੇ ਹੁਣ ਤੁਹਾਨੂੰ ਹੋਰ ਲੈ ਕੇ ਚੱਲਦੇ ਹਾਂ ਲਿਮਕਨ ਵਾਲਿਆਂ ਕੋਲ। ਲਿਮਕਨ ਇੰਡੀਆ ਐਗਰੋ ਇਕਿਊਪਮੈਂਟ ਪ੍ਰਾਈਵੇਟ ਲਿਮਿਟਡ, ਆ ਇਹਨਾਂ ਦਾ ਆ ਗਿਆ ਰੋਟਾਵੇਟਰ। ਆਹ ਦੇਖ ਲਓ ਬਾਈ ਹਾਲ ਮਾੜਾ, ਟਰੈਕਟਰ ਤਾਂ ਉਹੀ ਇਹਨੂੰ ਖਿੱਚਦਾ। ਇਹ ਗਾਹਕ ਹੈ ਸਿਸਟਮ ਹੈ ਕਿ ਕਲਟੀਵੇਟਰ ਨੇ ਕੋਈ ਹੋਰ ਚੀਜ਼ ਲਈ ਨੇ ਬਾਈ ਜੀ? ਜਿਹੜੇ ਉਹ ਸਾਹਮਣੇ ਕਲਟੀਵੇਟਰ ਨੇ ਉਹ ਕਈ ਕਿਆ ਚੀਜ਼ ਆ? ਉਹ ਖਾਦ ਦੇ ਨਾਲ ਤਾਂ ਹੈ ਜੀ, ਉਹ ਹੈ ਕਲਟੀਵੇਟਰ, ਤਿੰਨ ਕੰਮ ਇਕੱਠੇ ਕਰ ਲੈਂਦਾ ਜੀ। ਅੱਛਾ ਜੀ, ਜ਼ਮੀਨ ਡੁਗਾਈ ਨੂੰ ਵੀ ਕਰਦਾ ਆ, ਪਿੱਛੇ ਥੱਲੇ ਲੱਗੇ ਡਲੇ ਤੋੜ ਦਿੰਦਾ ਆ, ਉਹ ਵਿੱਚ ਫੱਟੀ ਲੱਗੀ ਸੁਹਾਗੇ ਦਾ ਕੰਮ ਜੀ। ਓਕੇ, ਉਹਦਾ ਦਿਓ ਜੀ ਆ ਤੁਹਾਡੇ ਕੋਲ, ਇਹਦੇ ਲਿਖਿਆ ਹੋਇਆ ਉਹ ਡਿਟੇਲ ਵਾਲਾ। ਇਹ 10 ਫੁੱਟ ਆ, ਇਹ 9, ਉਹ 8। ਇਹਨਾਂ ਦੇ ਪ੍ਰਾਈਜ਼ ਕੀ ਨੇ ਸਰ? ਹੈ ਜੀ, ਪ੍ਰਾਈਜ਼ ਕੀ ਨੇ ਇਹਨਾਂ ਦੇ?
ਸਰ ਜਿਹੜਾ ਪ੍ਰਾਈਸ ਇਹਦਾ ਹੈਗਾ 1,55,000 ਰੁਪਿਆ, ਠੀਕ ਹੈ, ਡਿਸਕਾਊਂਟ ਇਹਦੇ 5,000 ਰੁਪਿਆ ਆ, ਮੰਨ ਲਾ 1,50,000 ਦਾ ਰਹਿ ਗਿਆ, 1,50,000 ਦਾ, ਜਿਹੜਾ ਇਹ ਸਰ ਇਹਦਾ 1,65,000 ਰੁਪਿਆ ਰੇਟ ਆ, ਠੀਕ ਹੈ ਜੀ, ਇਹਦੇ ਚ ਜਿਹੜਾ ਹੈਗਾ 10,000 ਰੁਪਏ ਮੇਲਾ ਡਿਸਕਾਊਂਟ ਆ, ਮੇਲਾ, ਹਾਂ, ਮਤਲਬ 1,60,000 ਦਾ ਰਹਿ ਗਿਆ ਜੀ, 55,000 ਦਾ ਰਹਿ ਗਿਆ, ਜਿਹੜਾ 10 ਫੁੱਟ ਆ ਜੀ, 1,75,000 ਉਹਦਾ ਪ੍ਰਾਈਸ ਕੀ ਆ ਜੀ? ਉਹ 75,000 ਰੁਪਏ ਰੇਟ ਆ ਜੀ ਉਹਦਾ, ਬਹੁਤ ਡੰਗਾਈ ਤੱਕ ਪੜਦਾ ਉਹਦਾ, ਹਾਈਟ ਏ ਬਹੁਤ ਆ ਜੀ, ਸਾਰੇ ਚੱਲਦੇ ਨਹੀਂ ਸਰ, ਉਹ ਸਭ ਸਵਾ 3 ਫੁੱਟ ਤੱਕ ਹਾਈਟ ਆ ਉਹਦੀ, 3 ਫੁੱਟ, ਹਾਂ, ਮੇਰੇ ਕੋਲ ਵੀਡੀਓ ਵੀ ਹੈਗੀ, ਤੁਸੀਂ ਸੇਵ ਕਰ ਸਕਦੇ, ਠੀਕ ਹੈ ਜੀ, 5,500 ਰੇਟਰ ਨੂੰ ਆਰਾਮ ਨਾਲ ਚਲਾ ਦੂਗਾ ਮੈਂ, ਓਕੇ ਜੀ, ਓਕੇ ਓਕੇ, ਡਿਜ਼ਾਈਨ ਉਹ ਵੀ ਸਰ ਸਟੀਲ ਦਾ ਆਇਆ ਬਣਿਆ ਹੋਇਆ ਮੋਰ, ਜਿਹੜਾ ਆਪਣੇ ਮਲਚਰ ਆ ਗਿਆ ਸਰ, ਹਾਂਜੀ, ਇਹ ਕਿੰਨੇ ਫੁੱਟ ਆ ਜੀ? ਇਹ 8 ਫੁੱਟ ਦਾ ਹੈ ਜੀ, ਇਹਦਾ ਪ੍ਰਾਈਸ ਕੀ ਆ ਜੀ? 2,50,000 ਰੁਪਏ ਰੇਟ ਹੈ ਜੀ ਇਹਦਾ, ਮੇਲੇ ਦੇ, ਹਾਂ, ਮੇਲੇ ਦੇ ਡਿਸਕਾਊਂਟ 10,000 ਰੁਪਏ ਡਿਸਕਾਊਂਟ ਆ, 10,000, 2,40 ਦਾ, ਹਾਂ, ਇਹਦੇ 87,500 ਰੁਪਏ ਸਭ, ਅੱਛਾ ਸਬਸਿਡੀ ਵੀ ਆ ਸਰ, 87,000, ਇਹਦੇ ਤੇ ਵੀ ਸਬਸਿਡੀ ਆ ਜੀ, ਪਲਟਾਮ ਇਹਦੇ, ਪਰ ਕੁਆਲਿਟੀ ਬਹੁਤ ਆ ਸਾਡੇ ਨਾ, ਇੱਕ ਇਹਦੇ ਨਾਲ ਦਾ ਇੱਕ ਬੰਦੇ ਨੇ ਦੇਸੀ ਲੈ ਲਿਆ, ਪਹਿਲਾਂ ਐਤਕੀ ਲਿਆ, 4 ਵਾਰ ਟੁੱਟ ਗਿਆ ਉਹ, ਜਿਹੜਾ ਇਹਦੇ ਇਹ ਲੈਮਕਣ ਵਾਲਾ ਤੀ, ਉਹਨੂੰ ਮੈਂ ਕਹਿੰਦਾ ਵੀ ਦੂਰਾ ਤੀ ਦਾ ਟਰੈਕਟਰ ਜੋ ਦੇਖ ਲਿਆ ਕੋਈ ਫਰਕ ਨਹੀਂ ਪਿਆ, ਕੁਆਲਿਟੀ ਆਪਾਂ ਕਹਿੰਦੇ ਨੇ ਵੀ ਪੈਸੇ ਸਸਤੇ ਨੇ, ਵੇ ਜੇ ਮਹਿੰਗੀ ਆ ਚੀਜ਼ਾਂ ਕੁਆਲਿਟੀ ਆ, ਹਾਂ, ਜੇ ਇਹਦੇ ਵਿੱਚ ਕੁਛ ਹੈਗਾ ਤਾਂ ਪੈਸਾ ਹੈ, ਹਾਂ, ਇੱਕ ਗੱਲ ਹੋਰ ਆ, ਕਈ ਜਿਹੜੇ ਦੇਸੀ ਨੇ ਇਹ ਉੱਚੀ ਨੀਵੀਂ ਜ਼ਮੀਨ ਕਰਦੇ ਨੇ, ਇਹ ਐਨ ਇੱਕ ਲੈਵਲ 'ਚ ਰੱਖਦਾ, ਐਨ ਇੱਕ ਸਰ ਬਟ ਬਣਿਆ ਜੀ ਆਪਣਾ, 3 ਸਾਲ ਦੀ ਗਰੰਟੀ ਹੈ ਇਹਦੀ, ਠੀਕ ਹੈ ਜੀ, ਕੁਛ ਵੀ ਇਹਨੂੰ ਹੋ ਜੇ ਕੰਪਨੀ, ਮਤਲਬ ਵੈਸੇ ਤਾਂ ਕੰਪਨੀ ਕਰਦੀ ਰਹਿੰਦੀ ਹੈ ਇੰਸਟਾਲੇਸ਼ਨ ਵਗੈਰਾ, ਜਾਂਦੀ ਰਹਿੰਦੀ, ਮਿਲਦੀ ਰਹਿੰਦੀ, ਹਾਂਜੀ ਹਾਂਜੀ ਹਾਂਜੀ, ਕੁਛ ਵੀ ਹੁੰਦਾ ਹੈ ਕਸਟਮਰ ਨਾਲ, ਸਿੱਧੀ ਗੱਲ ਪੁਆਇੰਟ ਵਗੈਰਾ ਪਾਉਣੇ ਕਸਟਮਰ, ਪਹਿਲੇ ਉਹਨਾਂ ਨਾਲ ਗੱਲ ਕਰ, 1 ਸਾਲ ਦੀ ਵਾਰੰਟੀ ਹੈ ਜੀ? 3 ਸਾਲ ਦੀ, ਵਾਹ, ਓਕੇ ਸਰ, ਥੈਂਕ ਯੂ ਜੀ, ਓਕੇ।